ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੰਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਸਤਿ ਸ਼੍ਰੀ ਅਕਾਲ ਜੀ, ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ। ਸ਼ੋਅ ਦਾ ਨਾਮ ਹੈ ਜੀ ਕੰਟੀਨੀ। ਇੱਕ ਵਾਰੀ ਉੱਧਰ ਕੰਟੀਨੀ। ਬਹੁਤ ਸਾਰਾ ਧੰਨਵਾਦ, ਬਹੁਤ ਸੋਹਣੀ ਫੋਟੋ ਲਾ ਰੱਖੀ ਹੈ ਸਵਾਮੀ ਦੇਵੀ ਦਿਆਲ ਗਰੁੱਪ ਪ੍ਰੋਫੈਸ਼ਨਲ ਇੰਸਟੀਟਿਊਸ਼ਨ ਦੇ ਵਿੱਚ। ਇੱਕ ਵਾਰ ਜ਼ੋਰਦਾਰ ਤਾੜੀਆਂ ਆਪਣੇ ਲਈ। ਬਹੁਤ ਵਧੀਆ ਕੈਂਪਸ, ਬਹੁਤ ਚੰਗੀ ਗੁੱਡਵਿਲ ਵਾਲਾ ਕੈਂਪਸ, ਔਰ ਇੱਥੋਂ ਦੇ ਕੈਂਪਸ ਦੇ ਬੱਚਿਆਂ ਦੀ ਪਲੇਸਮੈਂਟ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ, ਔਰ ਬੱਚਿਆਂ ਦੇ ਵਿੱਚ ਟੈਲੈਂਟ ਕਿੰਨਾ ਹੈ ਇਹ ਤੁਹਾਨੂੰ ਅਸੀਂ ਹੁਣ ਦਿਖਾਉਂਦੇ ਹਾਂ ਜੀ। ਐਂਡ ਗੁੱਡ, ਐਂਡ ਗੁੱਡ। ਤੁਸੀਂ ਕਿੱਦਾਂ ਜੀ? ਵਧੀਆ। ਅੱਛਾ, ਮਾਈਕ ਮਾਈਕ ਦਿੱਤਾ ਅੱਜ, ਬੋਲੋ। ਪਹਿਲਾਂ ਤਾਂ ਬੜਾ ਕਹਿ ਕਹਿ ਕੇ। ਕੀ ਨਾਮ ਹੈ ਜੀ? ਦੀਪਾਂਜਲੀ। ਦੀਪਾਂਜਲੀ, ਓਕੇ ਓਕੇ ਓਕੇ। ਮਹਿੰਦੀ ਲਾਈ, ਵਿਆਹ ਵੀ ਉਹਦੇ ਆਏ ਹੋ? ਨਹੀਂ, ਆਪਸੇ ਮਿਲਣਾ ਥਾ। ਅੱਛਾ, ਫਿਰ ਮਹਿੰਦੀ ਲੱਗੀ ਤਾਂ ਪੁਰਾਣੀ ਹੈ। ਹੋਰ ਸੁਣਾਓ, ਕਿੱਥੇ ਰਹਿੰਦੇ ਹੋ ਜੀ? ਨਰਾਇਣਗੜ੍ਹ। ਨਰਾਇਣਗੜ੍ਹ, ਪਰਿਵਾਰ 'ਚ ਕੌਣ ਕੌਣ? ਮੰਮੀ, ਪਾਪਾ ਜੀ, ਹੈਂ, ਮੈਂ। ਅੱਛਾ, ਤੁਸੀਂ? ਮੈਂ ਜੀ। ਅੱਛਾ, ਤੇ ਤੁਸੀਂ ਹੋਰ ਭੈਣ ਭਰਾ ਨਹੀਂ ਤੁਹਾਡਾ? ਹੈਂ? ਹਾਂਜੀ। ਕਿੱਥੇ? ਮੈਂ ਕਿਹਾ ਭੈਣ ਭਰਾ ਨਹੀਂ, ਕਹਿੰਦੀ ਕਰਤੇ ਹੈ। ਅੱਛਾ, ਮੈਨੇ ਕਿਹਾ ਭਾਈ ਬਹਿਣ, ਭਾਈ ਬਹਿਣ ਕਿਤਨੇ ਹੈ? ਨਹੀਂ। ਅੱਛਾ, ਹੈ ਨਹੀਂ, ਅਕੇਲੀ। ਓਕੇ ਓਕੇ, ਬਹੁਤ ਵਧੀਆ, ਬਹੁਤ ਵਧੀਆ। ਕੌਨ ਸਾ ਕੋਰਸ ਜੁਆਇਨ ਕੀਆ ਯਹਾਂ? ਬੀਕਾਮ। ਬੀਕਾਮ ਕੌਨ ਸੇ ਇਅਰ ਮੇ? ਸੈਕੰਡ ਇਅਰ। ਸੈਕੰਡ ਇਅਰ, ਕੀ ਬਾਤ ਹੈ। ਕੀ ਕਿਸ ਫੀਲਡ ਅੱਗੇ ਕੀ ਕਰਨਾ ਚਾਹਤੇ ਹੋ ਜੀ? ਐਮਕਾਮ ਕਰੇਗਾ? ਨਹੀਂ। ਬਸ? ਹਾਂਜੀ, ਕਰੂੰਗੀ ਨਹੀਂ। ਚਲੋ, ਭਗਵਾਨ ਆਪਕੋ ਬੀਕਾਮ ਹੀ ਕਰਾ ਦੇ, ਯਹੀ ਬਹੁਤ ਹੈ। ਕਿਉਂਕਿ ਪਤਾ ਕੀ, ਬੱਚੇ ਕੋ ਪਤਾ ਹੁੰਦਾ ਆਪਣਾ ਵੀ ਮੈਂ ਕਿਤਨਾ ਪੜ ਸਕਤਾ ਹੂੰ। ਇਸਨ ਬਹੁਤ ਸਹੀ ਬਾਤ ਹੈ। ਕਿ ਐਮਕਾਮ ਕਰਨਾ ਪੜਨਾ ਹੈ, ਅੱਗੇ ਵੀ ਤਾਂ ਕੋਈ ਕੋਰਸ ਹੋ ਸਕਦਾ ਹੈ। ਅੱਛਾ, ਬੀਕਾਮ ਕੇ ਬਾਅਦ ਕੀ ਕਰੋਗੇ? ਮਤਲਬ ਬੈਂਕ ਕੋਚਿੰਗ ਲੂੰਗੀ। ਬੈਂਕ ਕੀ ਕੋਚਿੰਗ, ਕੀ ਬਾਤ ਹੈ। ਅੱਛਾ, ਕਹਾਂ ਸੇ ਕਹਾਂ ਸੇ ਸੋਚਾ, ਕੋਈ ਹੈ ਕੁਝ ਦਿਮਾਗ ਮੇਂ? ਹਾਂਜੀ, ਕਹਾਂ ਸੇ? ਚੰਡੀਗੜ੍ਹ। ਚੰਡੀਗੜ੍ਹ ਸੇ, ਚੰਡੀਗੜ੍ਹ ਸੇ। ਹਾਂ ਹਾਂ, ਠੀਕ ਹੈ। ਮਿਲਿਆ ਨਾ? ਹੈ? ਮਿਲਿਆ ਨਾ? ਮੈਂ ਯਾਰ ਚੰਡੀਗੜ੍ਹ ਮੇਂ ਸਿਰਫ ਤੁਮ ਹੀ ਹੋ? ਅਭੀ ਤੋ ਆਪ ਪੁੱਛ ਰਹੇ ਥੇ। ਜ਼ਰੂਰ 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 ਮਿਲਣੇ ਆਏਂਗੇ। ਆਪ ਆਪਣਾ ਧਿਆਨ ਬੈਂਕ ਕੀ ਤਰਫ ਰੱਖਣਾ, ਠੀਕ ਹੈ ਨਾ ਜੀ? ਕਭੀ ਜ਼ਰੂਰਤ ਪੜੇ ਤੋ ਯਾਦ ਕਰ ਲੈਣਾ। ਪੱਕਾ ਪੱਕਾ ਪੱਕਾ, ਆਪ ਕੀ ਅੱਛੀ ਨੌਕਰੀ ਲਗੇ, ਜ਼ਰੂਰ ਆਪ ਬੈਂਕ ਮੇਂ ਅਫਸਰ ਲਗੇ, ਠੀਕ ਹੈ ਨਾ ਜੀ? ਥੈਂਕ ਯੂ। ਜਬ ਲਗੋਗੇ ਤਬ ਥੈਂਕ ਯੂ ਕਰਨਾ। ਕਿਆ ਸੁਣਾਓਗੇ, ਗਾਣਾ ਸੁਣਾਓਗੇ? ਹਾਂਜੀ, ਸੁਣਾਓ ਸੁਣਾਓ। ਕਿਆ ਬਾਤ ਹੈ, ਕਿਆ ਬਾਤ ਹੈ। ਦੀਪਾਂਜਲੀ ਜੀ ਨਰਾਇਣਗੜ੍ਹ ਸੇ ਆਏ ਹੈ, ਗਾਣਾ ਸੁਣਾਈਏ। ਇੱਧਰ ਦੇਖੀਏ, ਘਰ ਵਾਲੇ ਆਪਕੀ ਥੋੜੀ ਸੀ ਸ਼ਕਲ ਦੇਖ ਲੈ। ਕਈ ਵਾਰ ਰਿਸ਼ਤੇਦਾਰ ਵੀ ਪ੍ਰੋਗਰਾਮ ਦੇਖ ਰਹੇ ਹੁੰਦੇ ਹੈ ਨਾ। ਕਰਨਾ ਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ, ਐਦਾਂ ਨਹੀਂ ਓ ਸੋਹਣਿਆ ਪਿਆਰ ਚਲੇਗਾ, ਕਹਿਣਾ ਜਾਵਾਂ ਦਿਲ ਵਾਲੀਏ, ਦਿਲ ਦੀ ਦਿਲਾਂ ਚ ਰਹਿ ਜਵੇ, ਹੋ ਨੀ ਤੇਰੀ ਨਾਰਾਜ਼ਗੀ ਤੇਰੀ ਮੇਰੀ ਕੱਢ ਕੇ ਨਾ ਜਾਣ ਲੈ, ਤੇਰੀ ਨਾਰਾਜ਼ਗੀ ਤੇਰੀ ਮੇਰੀ ਕੱਢ ਕੇ ਨਾ ਜਾਨ ਲੈ ਜਵੇ। ਬਹੁਤ ਅੱਛਾ ਸਰ, ਸ਼ਕਲ ਉਸ ਤਰਫ। ਭਾਈ ਸਾਹਿਬ ਨੇ ਲਗਾਈ ਹੈ ਡਾਇਰੀ, ਭਾਈ ਸਾਹਿਬ ਨੇ ਲਗਾਈ ਹੈ ਡਾਇਰੀ, ਕਰੇਂਗੇ ਕੁਛ ਸ਼ਾਇਰੀ ਇਨਸ਼ਾਅੱਲਾਹ। ਨਹਿਰੂ ਜੈਕਟ ਪਹਿਨੀ ਹੈ, ਲੱਗ ਰਹੇ ਹੋ ਜੈਰੀ। ਨਹਿਰੂ ਜੈਕਟ ਪਹਿਨੀ ਹੈ, ਲੱਗ ਰਹੇ ਹੋ ਜੈਰੀ, ਜਨਾਬ ਕਰੇਂਗੇ ਸ਼ਾਇਰੀ। ਕਿਆ ਨਾਮ ਹੈ ਜੀ? ਮੇਰਾ ਨਾਮ ਮੋਨਿਸ਼ ਅਸਗਰ ਹੁਆ, ਮੁਝੇ ਹਿੰਦੀ ਆਤੀ, ਪੰਜਾਬੀ ਨਹੀਂ। ਕਿਉਂਕਿ ਮੈਂ ਹਿੰਦੀ ਵੀ ਬੋਲੂੰਗਾ। ਮੋਨਿਸ਼ ਅਸ਼ਗਰ। ਅਸ਼ ਅਸਗਰ ਉਰਦੂ ਵਰਡ ਹੈ, ਅਸਗਰ ਅਸਗਰ ਮਤਲਬ ਛੋਟਾ। ਅੱਛਾ, ਅਸ਼ਗਰ। ਹਾਂ, ਅਸਗਰ। ਓਕੇ ਓਕੇ, ਨਹੀਂ ਅਜਗਰ ਨਹੀਂ ਭਾਈ, ਅਸ਼ਗਰ। ਕਹਾਂ ਸੇ ਸਰ, ਕਹਾਂ ਸੇ? ਮੈਂ ਬਿਹਾਰ ਸਾਸਾਰਾਮ ਸੇ। ਬਿਹਾਰ ਸਾਸਾਰਾਮ? ਸਾਸਾਰਾਮ ਸਿਰਸਾ ਸੂਰੀ ਕੀ ਨਗਰੀ ਹੈ? ਸਿਰਸਾ ਸੂਰੀ, ਹਾਂਜੀ ਹਾਂਜੀ। ਜੀ ਟੀ ਰੋਡ? ਜੀ ਟੀ ਰੋਡ ਤੇ ਦਵਾਈਆਂ ਪਾਵੇ। ਕਿਆ ਬਾਤ ਹੈ, ਕਿਆ ਬਾਤ ਹੈ। ਜੀ ਟੀ ਰੋਡ ਤੇ ਦਵਾਈਆਂ ਪਾਵੇ, ਯਾਰਾਂ ਦਾ ਟਰੱਕ ਬਲੀਏ। ਮੈਨੂੰ ਪੰਜਾਬੀ ਨਹੀਂ ਆਤੀ। ਅੱਛਾ ਅੱਛਾ ਅੱਛਾ,
तभी मैंने बोला था। परिवार में कौन कौन? पिताजी, माताजी, एक छोटा भाई है जो नीट की प्रिपरेशन कर रहा है। नीट डॉक्टरी। अच्छा अच्छा, डॉक्टरी की प्रिपरेशन। डॉक्टरी, मैंने सोचा नीट कहीं, नीट नहीं नहीं उसकी तैयारी कर रहा है। क्या बात? और एक छोटी बहन है, एक और परिवार का हिस्सा है जो अभी तक बनी नहीं है, बस दिल से मैंने उसको अपना मान लिया है। सुनाइए, बिहार से आए हैं हमारे दोस्त, ये खुद ही लिखी है डायरी? मैं खुद ही लिखता हूँ, खुद ही लिखता हूँ। सुनाइए सुनाइए, यहाँ धूप बहुत है, यहाँ धूप बहुत है। धूप तो एक एक शख्स है वहाँ पे खड़ा है, वसीम नाम है जी? तो वसीम नाम है, वसीम खड़ा है। वसीम को वसीम, अरे आता है एक मिनट। इन्होंने कहा कि आज धूप बहुत है, धूप बहुत है जी, तो यहाँ काफी सारी लड़कियां भी है, तो मैंने उस पे अभी बैठे बैठे बनाया है। बैठे बैठे नहीं सर, खड़े हो गया वहाँ पे। मैं किसी के दिल में बैठा था ना। हाय 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 हाय, आपको तो दिल में बैठा है ना यहाँ पे पंजाब में आके। मैं करता हूँ SHO से बात यहाँ। ठीक है ठीक है, तो मैंने कहा कि आज धूप की तपिश बहुत है। हाँ। धूप की तपिश बहुत है, मुझे संभालो वरना मैं पिघल जाऊंगा। हाय हाय हाय, धूप की तपिश बहुत है, मुझे संभालो वरना मैं पिघल जाऊंगा। मुझे अपने बाहों में छुपा लो वरना मोम सा हूं मैं, जल जाऊंगा। कुड़ियां ने दिल च बह गए हैं, अपनी यही फितरत है कि मैं दिल या दिमाग में रहता हूँ। दिल नहीं, कुड़ियां दे तुसी बह गए दिल च, साडे बह गए तुसी जड़ां च। चलो बहुत बढ़िया, सुनाओ सुनाओ सुनाओ। अब मैं अपने पीस के ऊपर आता हूँ। है जी? अपने पीस की जो मैंने लिखा है। अच्छा अच्छा जी, अच्छा जो लिखा है उसके ऊपर। क्या पीस? पता नहीं केड़ा। अच्छा सुनाओ सुनाओ कि साहब साहब तुम बदले, हम तो वही पुराने से रहे। हाय हाय हाय, साहब साहब तुम बदले, हम तो वही पुराने से रहे। क्या बात, तुम आने से रहे, हम तुम्हें बुलाने से रहे। बहुत अच्छे बहुत अच्छे, क्योंकि बंदे में एटीट्यूड है, बंदे में मेरे दिल में जो था मैंने बता दिया। हाँ। तुम बुलाओ तब तो मैं आऊं। हाँ। तुम बुलाओगे नहीं मैं आऊंगा नहीं। क्यों? एटीट्यूड, एटीट्यूड शायर हूँ, एटीट्यूड तो होगा होगा। कल रात सपने में ना उसने अपना हाथ मेरे हाथ के ऊपर रख दिया। रख दिया था हाथ जब तुमने मेरे हाथों पर, रख दिया था हाथ जब तुमने मेरे हाथों पर, रख दिया था हाथ जब तुमने मेरे हाथों पर, अरे रख दिया था हाथ जब तुमने मेरे हाथों पर। तुम उठाने से रहे, हम तुम्हें हटाने से रहे। वाह वाह वाह। और आगे है कि ख्वाब तेरे थे, ख्वाब तेरे थे, ख्वाब तेरे थे, तेरे थे इसीलिए बहुत देर तक सोए हम। ख्वाब तेरे थे इसीलिए बहुत देर तक सोए हम, सुबह नींद खुली तो पता चला हम क्लास जाने से रहे। बंदा 10 बजे सो के उठा, पता चलता है अब 9 बजे से क्लास तक कैसे जाऊंगा। बिल्कुल 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 बिल्कुल, 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 बिल्कुल। क्या बात है क्या बात है क्या बात, बहुत अच्छे सर, वाकई टैलेंट। दो लाइन और है, मैंने कहा चार सुनाइए। आप दो सुनाने वाले बनो, हम चार सुनेंगे। सुनाइए। दिल तो करता है। हाँ। दिल तो करता है कि तेरी नशीली आंखों का जाम पिए हम भी। तेरे। दिल तो करता है कि तेरी नशीली आंखों का जाम पिए हम भी। हाँ। हमें हिम्मत ना हुई, तुम हमें पिलाने से रहे। हाय हाय हाय। दिल करता है अब आपको भेज दें, हम भेजने से रहे, तुम जाने से ना रहे। नहीं नहीं सुना सुना मेरा अपना सुना, सुनाऊंगा सुनाऊंगा। तेरे सामने हमने तो दिल खोल कर रखा था टुकड़ों टुकड़ों में, टुकड़ों टुकड़ों। क्या बात, क्योंकि मेरे पास जो है मैंने तुम्हारे सामने खोल के रख दिया, अब तुम समझो कि ये है क्या या होता क्या है। हाँ। तो तेरे सामने हम दिल खोल कर रखा था टुकड़ों टुकड़ों में, टुकड़ों टुकड़ों में, तुम्हारे दिल में क्या था तुम बताने से रहे। हम तुमने बताया नहीं ना। हाँ हाँ। तो तुम्हारे दिल में क्या था तुम हमें बताने से रहे, और हम पूछने से रहे। अब मैंने पूछा, मैंने बोला कि अब तुम बताओगे तब तो आगे बढ़ेगी। अच्छा अच्छा, पूछा था आपने? हाँ पूछा था। ओके, ओके, बताने से रहे। कहाँ रहते हैं जनाब? मैं सासाराम। अरे आप नहीं, वो मेरी मुझे अपनी मोहब्बत की मशहूरी नहीं करनी, क्योंकि मेरे दिल में जो था मैंने बोल दिया, हो सकता है मेरे यहाँ कुछ बोलने से उसे वहाँ दिक्कत हो जाए, प्रॉब्लम हो जाए। तो मैं ऐसा इंसान हूँ कि अगर मुझे किसी को मुझसे दिक्कत होगी तो वो काम में नहीं। क्या बात है, मोहब्बत को अपनी मशहूर मत करना,
शायर हो लेकिन गुरूर मत करना। नहीं नहीं इसी बात पे ना, इसी बात पे ना कि आदमी मिले, कल मुझे कई लड़कियां मिलती, मेरा फीमेल अट्रैक्शन बहुत अच्छा है। तेरे तूने मुझसे व्हाट्सएप का नंबर मांगा, व्हाट्सएप का नंबर मांगा हालांकि मैं व्हाट्सएप चलाता हूँ, मैंने मना कर दिया क्योंकि उसकी जगह कोई और रिप्लेस नहीं कर सकता, मैं चाहता भी नहीं। अच्छा अच्छा बहुत बढ़िया। तो उसने कहा कि तुम गुरूर में रहते हो। हाँ, तुम गुरूर में रहते हो। लड़की ने कहा हाँ, कि तुम गुरूर में रहते हो। कहा नहीं, मतलब मैंने शायर दिमाग ना सोच लेता है, सोच लिया। हाँ, हाँ। उसने कहा कि तुम गुरूर में रहते हो। हाँ। तो हमने कहा कि लोग कहते हैं कि तुम गुरूर में रहते हो। हाँ। लोग कहते हैं या वो कहती है कि तुम गुरूर में रहते हो, अब हम उन्हें कैसे बताएं कि हम तो बस आपके सुरूर में रहते हैं। थैंक यू सो मच। हाँ जी हाँ जी हाँ जी, क्या सत श्री अकाल जी। नमस्ते नमस्ते, कहाँ से जी? मैं पंचकुला से। पंचकुला, ओके। क्या नाम है जी आपका? हीना। हीना, या ओके जी क्या करते हो हीना जी वैसे फ्री टाइम में? यहाँ तो पढ़ते हो वैसे? फ्री टाइम में डांसिंग, लिसनिंग म्यूजिक, दैट्स इट। ओके, ट्रैवलिंग। ट्रैवलिंग कहाँ कहाँ घूमे हो? अभी तो मैं फिलहाल घूम चुकी हूँ हिमाचल, ऑलमोस्ट हिमाचल में। सारा हिमाचल घूम लिया? ऑलमोस्ट, मतलब पूरा नहीं घूमा। घूम लिया मैंने कांगड़ा, धर्मशाला। धर्मशाला गए, मैक्लोडगंज गए? मैक्लोडगंज, awesome place। कौन कौन गया था जी धर्मशाला? मैं और मेरे हस्बैंड। ओके ओके, क्या बात है, फिर तो बहुत बढ़िया जी। आपके हस्बैंड जी साढ़े पाजी की कर रहे हैं जी? He is a pharmacist। Pharmacist? Yeah। ओके ओके ओके, एक एक्ट करना है, फोन है क्या तुम्हारे को? अभी तो नहीं है। ओके, कोई फोन उठाओ जी। माइक में बोलना, ठीक है ना जी? ओके। मैं तुम्हारे हस्बैंड का एक्ट करूंगा। ओके। तुसी उन्होंने कहा सी टाइम पे आ जाओ। ओके ओके ओके। ਤੁਸੀਂ ਉਹਨਾਂ ਨੂੰ ਕਿਹਾ ਸੀਗਾ ਟਾਈਮ 'ਤੇ ਆ ਜਾਇਓ? ਓਕੇ। ਤੁਸੀਂ ਕਿਤੇ ਪਾਰਟੀ 'ਤੇ ਜਾਣਾ ਸੀ ਜਾਂ ਤੁਹਾਡੀ ਕਿਸੇ ਨੇ ਫਰੈਂਡ ਨੇ ਬੁਲਾਇਆ ਸੀਗਾ, ਮਤਲਬ 8:30 ਦਾ ਟਾਈਮ ਸੀਗਾ ਜੀ? ਓਕੇ ਓਕੇ। ਹੁਣ ਘੜੀ ਦੇ ਉੱਤੇ 9:45 ਹੋ ਗਏ ਨੇ। ਓਕੇ, ਮਤਲਬ ਕਿ 9:45 ਹੋ ਗਏ, 8:30 ਉਹਨਾਂ ਕੋ ਬੁਲਾਣਾ ਥਾ। ਤੋ ਆਪਕੇ ਦੋ ਫੋਨ ਉਹਨਾਂ ਨੇ ਪਹਿਲੇ ਉਠਾਏ ਨਹੀਂ ਹੈ। ਠੀਕ ਹੈ, ਤੋ ਅਬ ਆਪ ਫੋਨ ਕਰੋ, ਮਤਲਬ ਕਿ ਸੱਚੀ ਨਾ ਕਰਦੇ ਹੋ? ਨਹੀਂ 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 ਨਹੀਂ, ਵੈਸੇ ਫੋਨ ਕਰਨਾ ਜੀ। ਓਕੇ, ਉਧਰ ਮੂੰਹ ਕਰੋ ਜੀ ਤੁਸੀਂ। ਓਕੇ ਓਕੇ ਓਕੇ, ਠੀਕ ਹੈ। ਦੂਰ, ਮੈਂ ਕਾਫੀ ਦੂਰ ਹੈ ਜੀ ਦੁਕਾਨ। ਹਾਂ ਜੀ, ਓਕੇ। ਰਿੰਗਿੰਗ ਹੈ? ਰਿੰਗ ਹੋ ਰਹੀ ਹੈ ਨਾ? ਅੱਛਾ, ਰਿੰਗ ਹੋ ਰਹੀ ਹੈ। ਉੱਥੇ ਮੁਸੀਬਤ ਮੁਸੀਬਤ ਮੁਸੀਬਤ। ਹੈਲੋ ਹੈਲੋ, ਹਾਂਜੀ, ਕਿਆ ਟਾਈਮ ਬੋਲਾ ਥਾ ਆਪਕੋ ਆਨੇ ਕੇ ਲੀਏ? ਹੈਂ ਜੀ, ਕਿਆ ਟਾਈਮ ਬੋਲਾ ਥਾ ਆਪਕੋ ਘਰ ਆਨੇ ਕੇ ਲੀਏ? ਹੈਲੋ, ਟਾਈਮ ਕਿਆ ਬੋਲਾ ਥਾ ਆਪਕੋ ਘਰ ਆਨੇ ਕੇ ਲੀਏ? ਆਵਾਜ਼ ਨਹੀਂ ਆ ਰਹੀ ਆਪਕੀ। ਕੋਈ ਬਾਤ ਨਹੀਂ, ਅਬ ਆਪਕੋ ਮੇਰੀ ਆਵਾਜ਼ ਆਏਗੀ ਵੀ ਨਹੀਂ। ਹੈਂ ਜੀ, ਅਬ ਆਪਕੋ ਮੇਰੀ ਆਵਾਜ਼ ਆਏਗੀ ਵੀ ਨਹੀਂ। अच्छा, मुझे आपकी आवाज कभी नहीं आई सुनेगी? नहीं, क्योंकि अब आप मेरे को घर आके लेके जाओगे, मैं जा रही हूँ मम्मी के घर, बाय। जाओ जाओ जाओ। थैंक यू सो मच। चलो जी, वक्त है छोटे से ब्रेक का, कितना जाओ, मिलते हैं जी कि छोटे से। तो ब्रेक तो देखकर फिर सोचे थोड़े अपने फेवरेट शो कंटीनी मंडीर से बेच रौनक लगी ने पूरिया। सत श्री अकाल जी। सत श्री अकाल भाजी, ਕੀ ਹਾਲ ਚਾਲ ਜੀ? ਠੀਕ ਠਾਕ ਜੀ, ਵਧੀਆ। ਕਿੱਥੋਂ ਜੀ? ਮੈਂ ਜੀ ਬਟਾਲਾ ਸ਼ਹਿਰ ਤੋਂ ਜੀ। ਬਟਾਲਾ? ਹਾਂਜੀ, ਪੰਜਾਬ। ਮਾਝਾ ਆ ਗਿਆ? ਮਾਝਾ? ਹਾਂਜੀ ਹਾਂਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਵੀਰ ਦਵਿੰਦਰ ਸਿੰਘ ਹੈ ਜੀ। ਓਕੇ, ਵੀਰ ਦਵਿੰਦਰ ਸਿੰਘ। ਹਾਂਜੀ, ਸਾਰੇ BDS ਹੀ ਬੋਲਦੇ ਆ। ਅੱਛਾ, BDS। ਅੱਛਾ, ਵੀਰ ਦਵਿੰਦਰ ਸਿੰਘ BDS, ਕਿਆ ਬਾਤ ਹੈ। ਕੋਰਸ ਕਿਹੜਾ ਕਰ ਰਹੇ ਜੀ? ਕੋਰਸ ਵੀ BDS ਹੀ ਕਰ? ਕਿਆ ਬਾਤ ਹੈ ਯਾਰ, ਘਰਦੇ ਨੇ ਪਹਿਲੇ ਨਾ ਰੱਖਤਾ ਵੀ ਜਿਹੜਾ ਮੁੰਡਾ ਕੋਰਸ ਕਰੂਗਾ। ਹਾਂਜੀ, ਓਕੇ। ਚਿੱਟਾ ਕੋਟ ਬਹੁਤ ਵਧੀਆ। ਇਹ ਕਿਹੜਾ ਯੀਅਰ ਹੁਣ ਇੱਥੇ BDS ਦਾ? ਮੇਰੇ ਬਾਅਦ ਇੰਟਰਨਸ਼ਿਪ ਚੱਲਦੀ ਹੈ। ਚਲੋ, ਜ਼ਰੂਰ ਤੁਹਾਡਾ ਕਲੀਨਿਕ ਹੋਵੇ ਉੱਥੇ ਮੈਂ ਪਹੁੰਚਾਂ, ਤੁਸੀਂ ਮੇਰੇ ਦੰਦ ਸਿੱਧੇ ਕਰਿਓ। ਥੈਂਕ ਯੂ। ਤੇ ਗਿਟਾਰ ਦਾ ਕੰਮ ਤੋਂ ਸ਼ੌਂਕ ਪਿਆ ਜੀ? ਕੰਮ ਤੋਂ ਜੀ, ਮੈਂ 10ਵੀਂ ਕਲਾਸ ਤੋਂ ਵਜਾ ਰਿਹਾ। ਕਿਆ ਬਾਤ ਹੈ, ਤੇ ਥੋੜਾ ਬਹੁਤ ਗਾਉਣ ਦੀ ਵੀ ਇੱਛਾ ਮੇਰੀ। ਆਓ ਫਿਰ ਬਟਾਲੇ ਵਾਲਿਓ, ਸਾਡੇ ਭੂਆ ਜੀ ਰਹਿੰਦੇ ਨੇ ਬਟਾਲੇ, ਵਧੀਆ ਲੱਗਿਆ ਮੁੰਡਾ ਉਹ ਸ਼ਹਿਰੋਂ ਆਇਆ। ਆਓ ਜੀ। ਕਿਆ ਬਾਤ ਹੈ, ਉਹ ਅਸੀਂ ਲੇਖਾਂ ਨੂੰ ਵੀ ਲੈਣਾ ਹੁਣ ਜਿੱਤ ਬੱਲੀਏ, ਦਿਨ ਥੋੜੇ ਨੇ ਤਰੱਕੀਆਂ ਦੇ ਵਿੱਚ ਬੱਲੀਏ, ਗੀਤ 5-7 ਹਿੱਟ ਹੋ ਲੈਣ ਦੇਣੀ ਸ਼ੌਂਕ ਮੈਂ ਪਗਾ ਦੂੰ ਚੱਲੀਏ, ਕਿਵੇਂ ਆਮ ਬੰਦਾ ਬਣਦਾ ਸਟਾਰ ਸਾਰੇ ਜੱਗ ਨੂੰ ਦਿਖਾ ਦੂੰ ਬੱਲੀਏ, ਕਿਵੇਂ ਆਮ ਬੰਦਾ ਬਣਦਾ ਸਟਾਰ ਸਾਰੇ ਜੱਗ ਨੂੰ ਦਿਖਾ ਦੂੰ ਬੱਲੀਏ,
ਖਾਰ ਵਿੱਚ ਤਰੇ ਆਏ ਪੈਰ ਜੱਟੀਏ ਕਰੇ ਕਹਿਰ ਜੱਟੀਏ ਮਾਰੇ ਪੈਰ ਜੱਟੀਏ ਨੀ ਤੇਰੀ ਬਿੱਲੀ ਅੱਖ ਨੀ ਪੈਰਾਂ ਵਿੱਚ ਹੀਲ ਪਾਈ ਅੱਧੇ ਫੁੱਟ ਦੀ ਸਾਡਾ ਦਿਲ ਲੁੱਟਦੀ ਨਾ ਕਿਤੇ ਜਾਵੇ ਟੁੱਟ ਨੀ ਡੋਲੇ ਖਾਂਦਾ ਲੱਕ ਨੀ ਉਹ ਪਤਾਸੇ ਜਿਹੇ ਬੁੱਲਾਂ ਉੱਤੇ ਪੋਪੀ ਲਾ ਲਿਆ ਤੂੰ ਲਾਉਂਦੀ ਫਿਰੇ ਮਸਕੇ ਘਰ ਦੀਆਂ ਫੋਲੋ ਗੱਡੀਆਂ ਨੇ ਸਾਰੀਆਂ ਨੀ ਤੂੰ ਪਿੱਛੇ ਲਾਲੀਆਂ ਮਿੰਨਾ ਜਿਹਾ ਹੱਸ ਕੇ ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ ਸਾਰੇ ਧੂੜਾ ਪੱਟਣੇ ਜ਼ਰਾ ਰਹਿ ਬਚ ਕੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਜ਼ੋਰਦਾਰ ਤਾੜੀਆਂ ਕਿਆ ਬਾਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਂ ਹੈ ਤੁਹਾਡਾ ਰਮਨ ਜੀ ਪਰਸੋਂ ਪਰਿਵਾਰ ਚ ਕੌਣ ਕੌਣ ਮੰਮੀ ਨੇ ਜੀ ਪਾਪਾ ਨੇ ਜੀ ਵੀਰਾ ਹੈ ਭਾਬੀ ਹੈ ਤੇ ਮੈਂ ਓਕੇ 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 ਵੀਰੇ ਵੀਰੇ ਦਾ ਵਿਆਹ ਕਦੋਂ ਹੋਇਆ ਮਾਰਚ ਵਿੱਚ ਹੋਇਆ ਜੀ ਪਿੱਛੇ ਇਸੇ ਮਾਰਚ ਚ ਅੱਛਾ ਵਿਆਹ ਤੋਂ ਪਹਿਲਾਂ ਵੀਰਾ ਤੇਰੇ ਨਾਲ ਜ਼ਿਆਦਾ ਵਧੀਆ ਸੀਗਾ ਕੋਈ ਲੱਗਿਆ ਥੋੜਾ ਚੇਂਜ ਹੋ ਗਿਆ ਹੁਣ ਨਹੀਂ ਜੀ ਇੱਕੋ ਹੀ ਹੈ ਹੈ ਇੱਕੋ ਜਿਹਾ ਹੀ ਹੈ ਉਹੋ ਜਿਹਾ ਹੀ ਹੈ ਬਿਲਕੁਲ ਚੇਂਜ ਨਹੀਂ ਆਇਆ ਬਿਲਕੁਲ ਭਾਬੀ ਜੀ ਕਿੱਦਾਂ ਦੀ ਹੈ ਬਹੁਤ ਵਧੀਆ ਜੀ ਕਰਦੀ ਸੇਵਾ ਮਾਪਿਆਂ ਦੀ ਕਿ ਨਹੀਂ ਰੋਟੀ ਬਣਾ ਕੇ ਦਿੰਦੀ ਹੁੰਦੀ ਕਿ ਨਹੀਂ ਬਣਾ ਦਿੰਦੀ ਹੈ ਹੋਰ ਨੂੰ ਬਣਾ ਦਿੰਦੀ ਹੈ ਹੈ ਕੀ ਖਾਧਾ ਅੱਜ ਅੱਜ ਕੁਛ ਨਹੀਂ ਖਾਇਆ ਕੁਛ ਨਹੀਂ ਖਾਧਾ ਫਿਰ ਬਣਾ ਕੇ ਦਿੰਦੀ ਨਹੀਂ ਯਾਰ ਕੁਛ ਮੈਂ ਸਵੇਰੇ ਆ ਗਿਆ ਤੁਹਾਡੇ ਵੇਟ ਨਹੀਂ ਹੋਈ ਨਾ ਜੀ ਹੈ ਤੁਹਾਡੇ ਕਰਕੇ ਸਵੇਰੇ ਹੀ ਆ ਗਿਆ ਅੱਛਾ ਮੇਰੇ ਕਰਕੇ ਸਵੇਰੇ ਹੀ ਆ ਗਿਆ ਵੈਸੇ ਕਾਲਜ ਸ਼ਾਮ ਨੂੰ ਖੁੱਲਦਾ ਹੈ ਕਿਆ ਬਾਤ ਆ ਜੀ ਵੀਰੇ ਦਾ ਬਹੁਤ ਸਾਰਾ ਧੰਨਵਾਦ ਆ ਵੀਰਾ ਪਹਿਲਾਂ ਮਿਲਿਆ ਮੈਨੂੰ ਅਤੇ ਥੈਂਕ ਯੂ ਸੋ ਮਚ ਤੁਸੀਂ ਫਿਰ ਮਿਲੇ ਅੱਗੇ ਨਾਲੋਂ ਜਵਾਨ ਹੋ ਗਿਆ ਯਾਰ ਤੂੰ ਹੈਂ ਪਹਿਲੇ ਨਾਲੋਂ ਸੋਹਣਾ ਵੀ ਹੋ ਗਿਆ ਥੈਂਕ ਯੂ ਚਲ ਠੀਕ ਹੈ ਧੰਨਵਾਦ ਧੰਨਵਾਦ ਜਿਉਂਦੇ ਰਹੋ ਗੋਡ ਬਲੈਸ ਯੂ ਥੈਂਕ ਯੂ ਸੋ ਮਚ ਮਹਾਰਾਜ ਕਿਰਪਾ ਕਰ ਬਹੁਤ ਸੋਹਣੀ ਪੱਗ ਥੈਂਕ ਯੂ ਜੀ ਸਟਾਈਲ ਬਹੁਤ ਸੋਹਣਾ ਥੈਂਕ ਯੂ ਜੀ ਥੈਂਕ ਯੂ ਕੀ ਨਾਂ ਰੋਹਨ ਜੀ ਰੋਹਨ ਅਚੰਤ ਰੋਹਨ ਅਚੰਤ ਰੋਹਨ ਅਚੰਤ ਕਿੱਥੋਂ ਬਿਲੋਂਗ ਕਰਦੇ ਹੋ ਜੀ ਲਾਲੜੂ ਤੋਂ ਜੀ ਲਾਲੜੂ ਤੋਂ ਓਕੇ ਕੀ ਸ਼ੌਂਕ ਨੇ ਗਾਉਣ ਦਾ ਜੀ ਪਰਿਵਾਰ 'ਚ ਕੌਣ ਕੌਣ ਮੰਮੀ ਪਾਪਾ ਡੈਡੀ ਮੰਮੀ ਭਰਾ ਵੱਡਾ ਭੈਣ ਮੰਮੀ ਪਾਪਾ ਡੈਡੀ ਮੰਮੀ ਹਾਂ ਜੀ ਮੈਂ ਦੇਸਰ ਜਿਹਾ ਬੰਦਾ ਜੀ ਉਹ ਥੋੜ੍ਹਾ ਜਿਹਾ ਉਲਝ ਜਾਂਦਾ ਨਹੀਂ ਉਹ ਤਾਂ ਠੀਕ ਹੈ ਕਿੰਨੇ ਦੋ ਡੈਡੀ ਦੋ ਮੰਮੀ ਹਾਂ ਜੀ ਇੱਕ ਡੈਡੀ ਇੱਕ ਮੰਮੀ ਅੱਛਾ ਫਿਰ ਉਹੀ ਬੌਂਦਲ ਜਾਂਦਾ ਜੀ ਅੱਛਾ ਬੌਂਦਲ ਗਿਆ ਬੌਂਦਲ ਗਿਆ ਕੋਈ ਨਹੀਂ ਕੋਈ ਮੇਰਾ ਭਰਾ ਕੋਈ ਹੋਰ ਜੀ ਆ ਜੱਟ ਬੰਦਾ ਮੂਰੇ ਖੜੇ ਨਾ ਨਾ ਬਾਬਾ ਜੀ ਭਰਾ ਆਪਾਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਸੁਣਾਉਣਾ ਕੀ ਸੁਣਾਉਣਾ ਗੀਤ ਸੁਣਾਓ 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 ਨਾਮਾ ਜੀ ਤਿੰਨ ਵੀਕ ਵੀ ਹੋਏ ਯਾਰੀ ਲੱਗੀ ਨੂੰ ਹਜੇ ਤਿੰਨ ਵੀਕ ਹੀ ਹੋਏ ਯਾਰੀ ਲੱਗੀ ਨੂੰ ਇਹ ਤਾਂ ਮੁੱਢ ਤੋਂ ਮੇਰੇ ਨਾਲ ਖੜੇ ਨੇ ਸਾਰੇ ਕਾ ਤੋ ਤੇਰੇ ਕਰਕੇ ਛੱਡਦਾ ਜਿਗਰੀ ਯਾਰਾਂ ਨੂੰ ਕਾ ਤੋ ਤੇਰੇ ਕਰਕੇ ਛੱਡਦਾ ਜਿਗਰੀ ਯਾਰਾਂ ਨੂੰ ਇਹ ਤਾਂ ਵਰਦੀ ਅੱਗ ਵਿੱਚ ਨਾਲ ਖੜੇ ਨੇ ਸਾਰੇ ਕਾਨੂੰ ਤੇਰੇ ਕਰਕੇ ਛੱਡਦਾ ਜਿਗਰੀ ਯਾਰਾਂ ਨੂੰ ਕ੍ਰਿਕਟ ਖੇਲਣਾ ਨਹੀਂ ਜੀ ਨਹੀਂ ਕ੍ਰਿਕਟ ਤੇ ਟਰੈਵਲਿੰਗ ਹੈ ਬਸ ਟਰੈਵਲਿੰਗ ਕਿੱਥੇ ਕਿੱਥੇ ਘੁੰਮੇ ਹੋ ਕਸੌਲੀ ਤੱਕ ਹੀ ਘੁੰਮੇ ਆ ਜੀ ਕਸੌਲੀ ਠੀਕ ਹੈ ਨਾ ਬਹੁਤ ਵਧੀਆ ਬੰਦਾ ਠੀਕ ਹੈ ਦੇਸੀ ਬੰਦਾ ਆਇਆ ਕੀ 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 ਸੁਣਾਏਗਾ ਜੀ ਮੈਂ ਮਮਿਕਰੀ ਕਰਾਂਗਾ ਸੰਨੀ ਦਿਓਲ ਦੀ ਹਾਂ ਸੰਨੀ ਦਿਓਲ ਸਾਹਿਬ ਸੰਨੀ ਦਿਓਲ ਸਾਹਿਬ ਇੱਕ ਬੰਦਾ ਆ ਜਾਏ ਆ ਜਾਓ ਆ ਜਾਓ ਸਰ ਮੈਂ ਅਮਰੀਸ਼ਪੁਰੀ ਸੰਨੀ ਦਿਓਲ ਠੀਕ ਹੈ ਜੀ ਠੀਕ ਹੈ ਜੀ ਤਾਰਾ ਸਿੰਘ ਹਮ ਕੈਸੇ ਮਾਨ ਲੈ ਕੇ ਤੂੰ ਸੱਚਾ ਮੁਸਲਿਮ ਹੈ ਪਹਿਲੇ ਮੇਰੇ ਸਾਥ ਬੋਲੋ ਇਸਲਾਮ ਜ਼ਿੰਦਾਬਾਦ ਮਾਈਕ ਕਹਿੰਦਾ ਮਾਈਕ ਦੇ ਕਹਿੰਦਾ ਪਹਿਲਾਂ ਇਹੀ ਚੱਕਰ ਲੱਗਾ ਸੀ ਡਾਇਲੋਗ ਐਂ ਫਿਰ ਕਹਿੰਦਾ ਮਾਈਕ ਇਸਲਾਮ ਜ਼ਿੰਦਾਬਾਦ ਹਾਂ ਅਬ ਕਹੋ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਅਬ ਕਹੋ ਹਿੰਦੁਸਤਾਨ ਮੁਰਦਾਬਾਦ ਅਸਰਫ ਅਲੀ ਇਹ ਸਿਆਸੀ ਗੇਰ ਕੀ ਕਰ ਰਹੇ ਆਪ
आपका पाकिस्तान जिंदाबाद है, इनसे हमें कोई मतलब नहीं, पर हमारा हिंदुस्तान जिंदाबाद था, जिंदाबाद है, जिंदाबाद रहेगा। पहला सनी थोड़ा हंसी हो जाता है, बहुत बढ़िया। मम्मी पापा और छोटा भाई और मैं। ओके जी, डैडी कर देने? डैडी का बिजनेस है अपना ही, अपना ही होगा बिजनेस, हाउसकीपिंग आइटम्स का। अच्छा अच्छा अच्छा, जेड़े घर दी जरूरत मंद लोड़ा। हां जी, होटल्स एंड घर जो भी सिस्टम, मतलब सामान वगैरह जो भी चाहिए उनके, okay, उनका डिस्ट्रीब्यूशन शिप। ओके ओके ओके, थोड़ा एम की है जिंदगी जे? सक्सेसफुल डॉक्टर बनना। ओके ओके, तुसी कर रहे हो बीडीएस? हां जी। केड़े ईयर च? इंटर्नशिप चल रही है। ओके, जिवे वो पहला भाजी आए थे एक, उन्हां दी स्पेशलिटी सी दंदा दी डेंटिस्ट है। हां जी। थोड़ा? मेरा भी वही स्ट्रीम है। अच्छा अच्छा, बीडीएस हुंदी हो दंदा वाले दी? हां जी। अच्छा अच्छा अच्छा, मैं सोचा कि सारे डॉक्टर थे दंदा दे है। नहीं, सारे डॉक्टर, मतलब बीडीएस के अंदर तो सारे डॉक्टर। कितने बच्चे बीडीएस होंगे? 100 से ऊपर, एक क्लास में 100 तो होंगे। एक क्लास से 100 जवाब? हाँ जी। बल्ले 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 बल्ले, क्या सुनाओगे? गाना। गाना सुनाओगे? ओके ओके, सुनो मेरे डॉक्टर साहब का गाना, बड़े हो गए दांत ठीक करने इन्होंने। करो भी करो। मुझे नींद आती नहीं है, अकेले ख्वाबों में आया करो। डॉक्टर तो आप ही बीमार है। नहीं चल सकूंगी तुम्हारे बिना मैं, मेरा तुम सहारा बनो। एक तुम्हें चाहने के अलावा और कुछ हमसे होगा नहीं। बोल दो ना जरा, दिल में जो है छिपा मैं किसी से कहूंगी नहीं। रोड कहते लगे रहन गया, हुन वक्त है छोड़िए ब्रेक दा, कितना जायो मिलते हैं एक छोटे जे। सो ब्रेक तो बाद एक बार फिर सुने थोड़े अपने फेवरेट शो कंटीन्यू मंडीर दे विच, अगले बच्चे नु सादे आओ जी, आओ आओ आओ। हाँ जी, हेलो हेलो हेलो, डू एमनियन। ओ मामा, टी शर्टा शर्टा पाइया ब्याह है? नहीं ऐसी, बस मेरा थोड़ा, मेरे सीनियर ने कहा था कि पहन के आना। मुझे बिल्कुल, अब मेरे फेवरेट आइडल WWE रोमन रेंज की तरह लग रहे हो। किसकी तरह? WWE के रोमन रेंज रेसलिंग, WWE के। सबको बताइए यहाँ पर। हो हो, दिस इज, काफी ना दिया था ना ग्रुप में, तो काफी गर्मी लग रही थी। हाँ जी, ठंड बढ़िया जी। नहीं, बहुत ठंड है। गेट से बर्फ पई बाहर। गरम गरम पानी पिला दो मुझे। क्या शौक है, क्या कौन सी क्लास, केड़ा ईयर है, क्या करते हो? बीकॉम फर्स्ट ईयर सेमेस्टर 1। अच्छा जी, कहाँ से? यही स्वामी दयाल कॉलेज से। और रहते कहाँ? यहाँ, मैं हिमाचल की। वैसे ठंड बड़ी, ठंड बड़ी। हिमाचली है, हिमाचल परवाणू का है। हिमाचल परवाणू, परवाणू। ओके 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 ओके, क्या गाना सुनाओ कहने जा। इंग्लिश इंग्लिश, वैसे भी तू अंग्रेजी ला दा। मुझे कोई इंग्लिश नहीं आता, कोई हिंदी नहीं आता है। इंग्लिश हिंदी कोई गाने नहीं आते बोलने। पंजाबी भजन आता है? भजन आता है, भजन भजन सुनाओ। खड़ जा खड़ जा खड़ जा, रुमाल है गा रुमाल। अदे हो जी, भजन सुना भजन। उस्ताद जी उधर भजन सुनाउन लगा हो। सुनो भाई, बंदा परिवारक है, बंदे ने, यार एक मिनट, मैं तेरी तारीफ कर लगा, तू उधर चले यार, खड़ जा। देखो बंदा परिवारक है, बंदा भजन, यार आ परिवारक है यार, तू गाना सुना यार, गाना सुना, जेड़ा मर्जी गाना सुना, ये नहीं है परिवारक भाई, गाना सुना। थोड़ा नर्वस हो रहा है? नहीं नर्वस नहीं होना, ओ यार शांत रखो, गाना आ रहा है, गाना आ रहा है, चल भाई गाना आ रहा है, गाना आ रहा है। इतना बता शमा कि तेरा रंग काला क्यों, काला हो कर भी इतना निराला क्यों। मैंने काली रात में जन्म लिया, मैंने काली रात में जन्म लिया,
और काली गऊ का दूध पिया, और काली गऊ का दूध पिया, मेरी कमली भी काली है। मैंने काली गऊ का दूध पिया? या, यस ऑफ कोर्स। यार काली मझ होती है, काली गऊ होती है यार, काली काली मझ होती है। आई डोंट नो मच, आई डोंट नो मच। अच्छा यू डोंट नो मच? यस ऑफ कोर्स। सॉरी सॉरी शक्तिमान, शक्तिमान सॉरी। सुनाओ सुनाओ सुनाओ। मेरी कमली भी काली है इसलिए काला मैं, मेरी कमली भी काली है इसलिए काला मैं, इतना बता श्यामा कि तेरा रंग काला क्यों, काला होकर भी इतना निराला क्यों। मैंने काले नाग को नाथ दिया, मैंने काले नाग को नाथ दिया, और उसके फन पर नृत्य किया, और उसके फन पर नृत्य किया। नागों का रंग काला इसलिए काला मैं, नागों का रंग काला इसलिए काला मैं, इतना बता सामा कि तेरा रंग काला क्यों, काला होकर भी इतना निराला क्यों। एक मिनट एक उस्ताद, एक सकीनों में कजरा लगाती है, सकीनों में कजरा लगाती है, और उसमें मुझको बसाती है, और उसमें मुझको बसाती है। कजरे का रंग काला इसलिए काला मैं, कजरे का रंग काला इसलिए काला मैं। थैंक्स। एक एक और पप्पी कर देना। क्या बात है, क्या बात है। पहुंचो पहुंचो, सुन लो, फिक्र ना करया करो, ये ना सोचा करो भी साढ़े तो कदे गलती होगी, गलती रब तो भी हो सकती है। ओई उधर कैमरा मार, कैमरा ऐदा कर दे एक बार, ऐदा। सत श्री अकाल जी, सत श्री अकाल। सर हरियाणवी डांस। अच्छा मैं थोड़ा नाम पूछना सीगा। सरिता सिंह। ओके जी सरिता सिंह, कितों बिलोंग करते हो? सर हरियाणा से, जींद से। जींद से? हां जी। करो जी हरियाणा नाम आपके साथ सर। नहीं मैं तो आंदा ही नहीं जी। सर आप सीख लो फिर। अच्छा मैं देखूंगा जी, मैं देखूंगा। हां जी हां जी। तेरी आज्ञा का योता चल मन कर से कोई वायल, तेरी आज्ञा का योता चल मन कर से कोई वायल, तू सहज सहज मां धर ले मेरा दिल धड़का मैं पायल, ओ मन पल 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 पायल तेरी तड़पा मैं सहमे, तेरा रूप जिगर मैं ललका आग लगा मैं सहमे, ओ मन पल 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 करो शुरू फिर काम। कुर्ते पारके बुला लो, कुर्ते पजामे वाले। हाँ जी हाँ जी। ओ असी कुड़ते भी पाइए ताहां भी चर्चे, तुसी पौंदियां ब्रांड नीरे खर्चे, पल्ले सारा कुछ पावे तां भी करी देनी शोशे, सारा कुछ पावे तां भी करी देनी शोशे, ओ ताथरे सबादी गल अड्डनी ही, तेरियां सहेलियां तां कड्डनियां टोरियां मित्रां दे कड्ड देने अग्नि, तेरियां सहेलियां तां कड्डनियां टोरियां मित्रां दे कड्ड देने अग्नि, नीलियां नशीलियां बलोरी अखां वेख के, नीलियां नशीलियां बलोरी अखां देख के, नशा अजब जिहा चढ़ गया नी, दिल दा पता नी तेरे दिल दा पता, दिल दा पता नी तेरा कहो जिहा होना, मैं तां मुखड़ा वेख के मर गया नी, मुंड तो तलक दा जावे सतारा वल खावे, दुपट्टा तेरा सत रंग दा हीरिए, दुपट्टा तेरा सत रंग दा, ਬਾਮਣਾ ਦਿਨੀਓ ਜੱਟ ਦੀ ਯਾਰੀਆ, ਜਾਨ ਨਾਲ ਯਾਰੀ ਜੱਟ ਨੂੰ ਪਿਆਰੀਆ, ਗੱਲ ਮੂੰਹੋਂ ਕੱਢੀ ਪੂਰੀ ਮੈਂ ਪਗੋਣੀਆਂ ਨੀਤੂ ਜੱਟ ਦੀ ਪਸੰਦ, ਨੀਤੂ ਜੱਟ ਦੀ ਪਸੰਦ ਜੱਟ ਨੇ ਵਿਆਹੋਣੀਆਂ, ਜੱਟ ਦੀ ਪਸੰਦ ਜੱਟ ਨੇ ਵਿਆਹੋਣੀਆਂ, ਨੀਤੂ ਜੱਟ ਦੀ ਪਸੰਦ ਜੱਟ ਨੇ ਵਿਆਹੋਣੀਆਂ, ਉਹ
ਘਰੇ ਮਾਰਦੇ ਵਿਚੋਲੇ ਹੁਣ ਗੇੜੇ ਵੇ ਕਦੋਂ ਆਉਣਗੇ ਸੁਣੇ ਹੈ ਜੱਟਾ ਤੇਰੇ ਵੇ ਘਰੇ ਮਾਰਦੇ ਵਿਚੋਲੇ ਹੁਣ ਗੇੜੇ ਵੇ ਕਦੋਂ ਆਉਣਗੇ ਸੁਣੇ ਹੈ ਜੱਟਾ ਤੇਰੇ ਫਿਰ ਪੁੱਛਣਾ ਤੂੰ ਕਿੱਥੇ ਮੇਰੀ ਲਾਡੋ ਤੇ ਮੈਂ ਕਹਿਣਾ ਚੋ ਲੈ ਗਿਆ ਲੱਖ ਲਾਣਤਾ ਹੋਣਾ ਵੇ ਤੇਰੇ ਪਿਆਰ ਤੇ ਵੇ ਆ ਕੇ ਜੇ ਕੋਈ ਹੋਰ ਲੈ ਗਿਆ ਲਾਣਤਾ ਹੋਣਾ ਵੇ ਤੇਰੇ ਪਿਆਰ ਤੇ ਵੇ ਆ ਕੇ ਜੇ ਕੋਈ ਹੋਰ ਲੈ ਗਿਆ ਥੈਂਕ ਯੂ ਸੋ ਮਚ ਬਹੁਤ ਵਧੀਆ ਰੌਣਕ ਲਈ ਚੰਗਾ ਵੀ ਕੁੜਤੇ ਪਜਾਮੇ ਵਾਲਿਓ ਤੁਹਾਡਾ ਧੰਨਵਾਦ ਜਿਉਂਦੇ ਰਹੋ ਖੁਸ਼ ਰਹੋ ਹੁਣ ਵਕਤ ਹੈ ਛੋਟੇ ਜਿਹੇ ਬ੍ਰੇਕ ਦਾ ਤੁਸੀਂ ਕਿੱਧਰ ਨਾ ਜਾਇਓ ਮਿਲਦੇ ਹਾਂ ਜੀ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਬੱਚਿਆਂ ਨਾਲ ਗੱਲਾਂ ਪਤਾ ਕੀਤੀਆਂ ਸ਼ਰਾਰਤੀ ਬੱਚੇ ਵੀ ਬਹੁਤ ਆਏ ਹੁਣ ਵਾਰੀ ਹੈ ਜੀ ਫੈਕਲਟੀ ਮੈਂਬਰਸ ਨਾਲ ਗੱਲਬਾਤ ਕਰਨ ਦੀ ਹੈਲੋ ਮੈਮ ਹੈਲੋ ਸਰ ਕੀ ਨਾਂ ਹੈ ਤੁਹਾਡਾ ਸਰ ਨੇਹਾ ਓਕੇ ਮੈਮ ਤੁਸੀਂ ਕੀ ਪੜ੍ਹਾਉਂਦੇ ਹੋ ਜੀ ਸਰ ਮੈਂ ਐਮ ਬੀ ਏ ਡਿਪਾਰਟਮੈਂਟ ਮੈਂ ਹੂੰ ਮਾਰਕੀਟਿੰਗ ਔਰ ਐਚ ਆਰ ਓਕੇ ਜੀ ਹਾਂਜੀ ਅਤੇ ਕਿੰਨੇ ਸਾਲ ਤੋਂ ਇਸ ਕਾਲਜ 'ਚ ਸਰ ਅਭੀ ਮੁਝੇ 1 ਈਅਰ ਹੋ ਗਿਆ ਸਪਟੈਂਬਰ ਮੈਂ ਓਕੇ 1 ਸਾਲ ਹੋ ਗਿਆ ਜੀ 1 ਸਾਲ ਓਕੇ ਕਿੱਦਾਂ ਦਾ ਰਿਹਾ ਜੀ ਸਫ਼ਰ ਸਰ ਬਹੁਤ ਅੱਛਾ ਬਹੁਤ ਵਧੀਆ ਮੈਨੂੰ ਬਹੁਤ ਚੰਗਾ ਲੱਗਦਾ ਇੱਥੇ ਆਉਣਾ ਓਕੇ ਜੀ ਬਹੁਤ ਇੰਜੋਏ ਕਰਦੇ ਹਾਂ ਸਾਡੇ ਬੱਚੇ ਵੀ ਬਹੁਤ ਅੱਛੇ ਆ ਹਾਂਜੀ ਚੰਗਾ ਤਾਂ ਲੱਗਣਾ ਜੀ ਤਨਖਾਹ ਦਿੰਦੇ ਨੇ ਅਗਲੇ ਹਾਂਜੀ ਸਰ ਬਿਲਕੁਲ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਜੀ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਓਵਰ ਟੂ ਸਰ ਹੈਲੋ ਸਰ ਕੀ ਨਾਮ ਹੈ ਜੀ ਭਵਨੀਤ ਓਕੇ ਕਿੱਥੇ ਰਹਿੰਦੇ ਹੋ ਜੀ ਮੈਂ ਅੰਬਾਲੇ ਤੋਂ ਓਕੇ ਕੀ ਪੜ੍ਹਾਉਂਦੇ ਕੀ ਹੋ ਮੈਨੇਜਮੈਂਟ ਮੈਨੇਜਮੈਂਟ ਆਪ ਕਿੱਥੋਂ ਪੜ੍ਹੇ ਹੋ ਜੀ ਮੈਂ ਪੜ੍ਹਾਉ ਪੀਡੀਐਮ ਕਾਲਜ ਆਫ ਇੰਜੀਨੀਅਰਿੰਗ ਬਹਾਦਰਗੜ ਓਕੇ ਓਕੇ ਤੇ ਨਿਊਜ਼ੀਲੈਂਡ ਤੇ ਵੀ ਡਿਪਲੋਮਾ ਕੀਤਾ ਹੋਇਆ ਨਿਊਜ਼ੀਲੈਂਡ ਵੀ ਗਏ ਹੋ ਤੁਸੀਂ ਹਾਂਜੀ ਕੀ ਬਾਤ ਹੈ ਕੀ ਬਾਤ ਹੈ ਫਿਰ ਉੱਥੇ ਪੜ੍ਹਾਉਂਦੇ ਜੀ ਬੱਚਿਆਂ ਵਾਹ ਕੇ ਬੱਚੋਂ ਆਤੀ ਨਹੀਂ ਇੰਗਲਿਸ਼ ਯਹਾਂ ਕੇ ਬੱਚੋਂ ਇੰਗਲਿਸ਼ ਪੜ੍ਹਾ ਰਹੇ ਆ ਅੱਛਾ 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 ਤੇ ਸਾਥ ਸਾਥ ਪੰਜਾਬੀ ਵੀ ਕੀ ਬਾਤ ਹੈ ਕੀ ਬਾਤ ਹੈ ਥੋੜਾ ਬਹੁਤਾ ਗਾਣੇ ਦਾ ਸ਼ੌਂਕ ਤੁਹਾਨੂੰ ਨਹੀਂ ਸਰ ਜ਼ਿਆਦਾ ਨਹੀਂ ਵਿਆਹੇ ਗਏ ਨਹੀਂ ਅਭੀ ਨਹੀਂ ਜਲਦੀ ਸ਼ਾਦੀ ਹੈ ਹੈ ਅਭੀ ਹੈ ਅਕਤੂਬਰ ਮਈ ਕਿੱਥੋਂ ਦੇ ਜੀ ਸਾਡੇ ਭਰਜਾਈ ਜੀ ਭਾਬੀ ਜੀ ਕਿੱਥੋਂ ਦੇ ਨੇ ਉਹ ਯੂਪੀ ਦੇ ਸਾਰਣਪੁਰ ਦੇ ਓਕੇ 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 ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਫਿਰ ਤਾਂ ਤਿਆਰੀਆਂ ਜੀ ਕੰਮ ਤਿਆਰੀਆਂ ਤਿਆਰੀਆਂ ਜੀ ਹਾਂਜੀ ਆਓ ਜੀ ਕੀ ਬਾਤ ਹੈ ਜੀ ਕੀ ਨਾਮ ਹੈ ਸ਼ਿਫਾਲੀ ਅਰੋੜਾ ਇਹ ਤਾਂ ਕਾਲੇ ਦੇ ਭਾਗ ਖੁੱਲੇ ਨੇ ਕਿਸੇ ਦਾ ਵਿਆਹ 18 ਨੂੰ ਕਿਸੇ ਦਾ ਹੋ ਗਿਆ ਹੈ ਥੈਂਕ ਯੂ ਸੋ ਮੈਂ ਜਿਹੜੇ ਪ੍ਰੋਫੈਸਰ ਸਾਹਿਬ ਵੀ ਕਈ ਦੇਖਦੇ ਨੇ ਹੋਰ ਕਾਲਜਾਂ ਵਾਲੇ ਭਾਈ ਜੇ ਵਿਆਹ ਵੀ ਨਹੀਂ ਹੋ ਰਿਹਾ ਇਸ ਕਾਲਜ 'ਚ ਤੁਸੀਂ ਪੜਾਉਣਾ ਸ਼ੁਰੂ ਕਰ ਦਿਓ ਥੋੜਾ ਵਿਆਹ ਹੋ ਜੂ ਬਿਲਕੁਲ ਜੀ ਬਿਲਕੁਲ ਥੋੜਾ ਕਦੋਂ ਹੋਇਆ ਜੀ ਵਿਆਹ ਮੇਰਾ 25 ਸਪਟੈਂਬਰ ਲਾਸਟ ਇਅਰ 1 ਈਅਰ ਹੋ ਗਿਆ ਕੰਪਲੀਟ ਅੱਛਾ 1 ਸਾਲ ਹੋ ਗਿਆ ਹਾਂਜੀ ਚੂੜਾ ਲਾਇਆ ਨਹੀਂ ਤੁਸੀਂ ਸਵਾ ਸਾਲ ਬਾਅਦ ਲਾਂਦੇ ਨਾ ਸਾਡੇ ਪੰਜਾਬੀ ਹੈ ਚਾਹ ਹੀ ਬੜਾ ਜੀ ਚਾਹ ਹੀ ਬੜਾ ਭਾਜੀ ਕੀ ਕਰਦੇ ਆ ਮਾਰਕੀਟਿੰਗ ਚਾਓ ਐਮਐਨਸੀ ਚ ਓਕੇ ਕਿੱਥੇ ਜੀ ਹੈਲੋ ਪ੍ਰਾਈਵੇਟ ਲਿਮਿਟਿਡ ਗੁੜਗਾਉਂ ਤੇ ਤੁਸੀਂ ਰਹਿੰਦੇ ਕਿੱਥੇ ਹੋ ਜੀ ਪਿੰਜੌਰ ਓਕੇ 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 ਕੀ ਸ਼ੌਂਕ ਨੇ ਜੀ ਪੜਾਣਾ ਬੱਚਿਆਂ ਨੂੰ ਓਕੇ ਸੌਂਗ ਸੁਣਨੇ ਗਾਣੇ ਨਹੀਂ ਸੁਣਾਣੇ ਵੀ ਸੌਂਗ ਨਹੀਂ ਸੁਣਾਣੇ ਨਹੀਂ ਗਾਣੇ ਸੁਣਨੇ ਸਿਰਫ ਓਕੇ ਜੀ ਮੇਰੀ ਇੱਥੇ ਐਡਮਿਸ਼ਨ ਹੋ ਗਈ ਠੀਕ ਹੈ ਜੀ ਓਕੇ ਜੀ ਤੁਸੀਂ ਮੈਨੂੰ ਪੜਾਉਣਾ ਹੁਣ ਓਕੇ ਜੀ ਠੀਕ ਹੈ ਜੀ ਐਕਟ ਹੈ ਜੀ ਇੱਕ ਓਕੇ ਚਲੋ ਘਰਦਿਆਂ ਨੇ ਕਿਹਾ ਵੀ ਬੱਚਾ ਢੀਠ ਹੈ ਬੱਚੇ ਨੂੰ ਪੜਾਓ ਸਪੈਸ਼ਲ ਟੈਨਸ਼ਨ ਤੁਹਾਡਾ ਸਬਜੈਕਟ ਕਿਹੜਾ ਜੀ ਫਾਈਨਾਂਸ ਐਂਡ ਮਾਰਕੀਟਿੰਗ ਉਹੀ ਪੜਾਂਗੇ ਜੀ ਐਮਬੀਏ ਫਿਰ ਤੁਸੀਂ ਕੀ ਪੜਨਾ ਮਤਲਬ ਮਾਰਕੀਟਿੰਗ ਜਾਂ ਫਿਰ ਫਾਈਨਾਂਸ ਇੰਟਰਸਟ ਜੋ ਤੁਸੀਂ ਪੜਾਉਣਾ ਜੀ ਇਹ ਤਾਂ ਟੀਚਰ ਦੇ ਉੱਤੇ ਜੀ ਠੀਕ ਹੈ ਜੀ ਫਿਰ ਅਸੀਂ ਮਾਰਕੀਟਿੰਗ ਤੋਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲੇ ਮੈਨੂੰ ਹੁਣ ਤਾਂ ਤੁਸੀਂ ਕਲਾਸ ਅੰਦਰ ਹਾਂਜੀ ਤੁਹਾਨੂੰ ਪਹਿਲੇ ਪੁੱਛੋ ਹੈ ਕਿ ਤੁਸੀਂ ਕਲਾਸ ਜਾਣ ਲੱਗੇ ਹੋ ਅੱਛਾ ਜੀ ਜਿਵੇਂ ਹਾਂਜੀ ਬਿਲਕੁਲ ਮੈਂ ਮੇਕ ਅ ਮੈਨ ਯੈਸ ਸਿਟ ਡਾਊਨ ਮੈਂ ਬੈਗੇ ਜੀ ਓਕੇ ਫਰਸਟਲੀ ਆਪਣੀ ਇੰਟਰੋਡਕਸ਼ਨ ਦਿਓ ਹਾਂਜੀ ਮੈਂ ਮਾਈਕ ਹੈਗਾ ਮੈਨੂੰ ਮੈਮ ਮਾਈ ਨੇਮ ਇਜ਼ ਹਾਂਜੀ ਹਾਂਜੀ ਬੋਲੋ ਕੋਈ ਚੱਕਰ ਨਹੀਂ ਮੈਮ ਨਰਵਸ ਹੋ ਰਿਹਾ ਥੋੜਾ ਜਿਹਾ ਕੋਈ ਗੱਲ ਨਹੀਂ ਨਰਵਸ ਮਾਈ ਨੇਮ ਇਜ਼ ਤੁਹਾਡੇ ਵਰਗੇ ਸਾਰੇ ਕੋਈ ਚੱਕਰ ਨਹੀਂ ਹੈ ਮੈਮ ਮਾਈ ਨੇਮ ਇਜ਼ ਰਵਨੀਤ ਓਕੇ ਜੀ ਤੁਸੀਂ ਕਿੱਥੋਂ ਕਰੋ ਮੈਮ ਘਰ ਤੁਹਾਡਾ ਕਿੱਥੇ ਹੈ ਜੀ ਤੁਹਾਡਾ ਘਰ ਕਿੱਥੇ ਹੈ ਜੀ ਹਾਂਜੀ ਘਰ ਸਾਡਾ ਹਾਂਜੀ ਕਿੱਥੇ ਹੈ ਚੰਡੀਗੜ੍ਹ ਜੀ ਅੱਛਾ ਜੀ ਤੁਸੀਂ ਐਮਬੀਏ ਚ ਐਡਮਿਸ਼ਨ ਕਿਉਂ ਲਿੱਤੀ ਹੈ ਮੈਮ ਐਮਬੀਏ ਚ ਹਾਂਜੀ ਕਿਉਂ ਲਿੱਤੀ ਹੈ ਲੈ ਲਈਏ ਜੀ ਅੱਗੇ ਕੀ ਅੱਗੇ ਕੀ ਕਰਨਾ ਚਾਹੁੰਦੇ ਹੋ ਅੱਗੇ ਪੜ੍ਹਨਾ ਚਾਹੁੰਦੇ ਜੀ ਮੈਮ ਅੱਛਾ ਜੀ ਔਰ ਐਮਬੀਏ ਤੋਂ ਬਾਅਦ ਅੱਗੇ ਤੁਹਾਡਾ ਕੀ ਏਮ ਹੈ ਵਿਆਹ ਕਰਾਂਗੇ ਜੀ ਜਿੱਦਾਂ ਤੁਹਾਡਾ ਹੋਇਆ ਰੱਬ ਕਰੇ ਸਾਡਾ ਵੀ ਹੋ ਜਾਏ ਜੀ ਵਿਆਹ ਕਰਨ ਲਈ ਐਮਬੀਏ ਕਰਨ ਦੀ ਲੋੜ ਤਾਂ ਨਹੀਂ ਹੁੰਦੀ ਨਹੀਂ ਫਿਰ ਵੀ ਕੁੜੀ ਵਾਲੇ ਪੁੱਛ ਲੈਂਦੇ ਨੇ ਵੀ ਕੁਆਲੀਫਿਕੇਸ਼ਨ ਕੀ ਹੈ ਹਾਂਜੀ ਹਾਂਜੀ ਡਿਗਰੀ ਹੋਣੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਹਾਂਜੀ 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 ਫਿਰ ਦਿਲ ਲਗਾ ਕੇ ਪੜ੍ਹਨਾ ਹੈ ਚਲੋ ਦਿਲ ਤਾਂ ਲਾਇਆ ਨਹੀਂ ਜਾਣਾ ਜੀ ਪੜ੍ਹਨਾ ਹੀ ਹੈ ਜੀ ਠੀਕ ਹੈ ਦਿਲ ਵੀ ਲੱਗ ਹੀ ਜਾਂਦੇ ਹੈ ਅੱਛਾ ਜੀ ਚਲੋ ਬਾਕੀ ਜਿਵੇਂ ਤੁਹਾਨੂੰ ਵੱਧ ਪਤਾ ਜੀ ਹਾਂਜੀ ਹਾਂਜੀ ਅੱਛਾ ਤਾਂ ਸੀ ਕਿ ਤੁਹਾਡਾ ਸਭ ਤੋਂ ਪਹਿਲੇ ਸਬਜੈਕਟ ਹੈਗਾ ਮਾਰਕੀਟਿੰਗ ਮੈਨੇਜਮੈਂਟ ਜੀ ਮੈਮ ਹਾਂਜੀ ਤਾਂ ਮਾਰਕੀਟਿੰਗ ਮੈਨੇਜਮੈਂਟ ਸਾਡੀ ਕਿਉਂ ਨਹੀਂ ਮੈਂ ਪੰਜਾਬੀ ਚ ਦੱਸਾਂ ਕਿੱਦਾਂ ਦੱਸਾਂ ਮੈਮ ਇੰਗਲਿਸ਼ ਵਿੱਚ ਬਤਾ ਦਿਓ ਜੀ ਠੀਕ ਹੈ ਮਾਰਕੀਟਿੰਗ ਮੈਨੇਜਰ ਇਜ਼ ਬੇਸਿਕਲੀ ਕ੍ਰੀਏਟਿੰਗ ਡਿਮਾਂਡ ਇਨ ਦਾ ਮਾਈਂਡ ਆਫ ਕਸਟਮਰਸ ਲਾਈਕ ਕਸਟਮਰ ਇਜ਼ ਅ ਕਿੰਗ ਆਫ ਦਾ ਮਾਰਕੀਟ ਅੱਛਾ ਲਾਈਕ ਜੋ ਵੀ ਪ੍ਰੋਡਕਟਸ ਬਣਤੇ ਹੈ ਉਹ ਕਸਟਮਰ ਕੀ ਨੀਡਸ ਮੈਮ ਇੰਗਲਿਸ਼ ਕਿਹਾ ਸੀਗਾ ਜੀ ਆਪ ਹਿੰਦੀ ਮੇ ਆ ਗਏ
ਥੈਂਕ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਆਓ ਜੀ ਮੈਮ ਆਓ 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 ਹੈਲੋ ਮੈਮ ਹੈਲੋ ਸਰ ਤੁਸੀਂ ਕੀ ਪੜਾਉਂਦੇ ਹੋ ਜੀ ਸਰ ਮੇਰਾ HR ਮਾਰਕੀਟਿੰਗ MBA ਡਿਪਾਰਟਮੈਂਟ ਓਕੇ ਕਦੋਂ ਆਏ ਜੀ ਇਸ ਕਾਲਜ ਸਰ ਮੈਨੂੰ 2 ਸਾਲ ਹੋ ਗਏ ਆ ਵਧੀਆ ਲੱਗਿਆ ਸਫਰ ਹਾਂਜੀ ਹੋਰ ਫੈਮਿਲੀ ਚ ਕੌਣ ਕੌਣ ਜੀ ਸਰ ਮੇਰੇ ਫਾਦਰ ਇਨ ਲੋ ਹੈ ਮਦਰ ਇਨ ਲੋ ਹੈ ਮੇਰਾ ਬੇਟਾ ਹੈ ਮੇਰੇ ਹਸਬੰਡ ਔਰ ਮੇਰੇ ਬ੍ਰਦਰ ਇਨ ਲੋ ਕੀ ਬਾਤ ਹੈ ਕੀ ਸੁਣਾਓਗੇ ਕੁਝ ਜਾਂ ਕੋਈ ਹਸਬੰਡ ਨੂੰ ਮੈਸੇਜ ਦੇਣਾ ਹੋਵੇ ਨਹੀਂ ਮੈਂ ਡਾਂਸ ਕਰਦੇ ਅੱਛਾ ਉਹਨਾਂ ਲਈ ਡਾਂਸ ਕਰੋਗੇ ਕੀ ਬਾਤ ਹੈ ਕੀ ਬਾਤ ਹੈ ਚਲੋ ਜੀ ਕੀ ਬਾਤ ਹੈ आप आइए सर क्या नाम है जी हेलो हाँ जी अच्छा जब जब मैडम डांस कर रहे थे ना दोनों तो ये सर के एक्सप्रेशन पता क्या थे सर देख रहे थे कि यार कैसे क्या हो रहा है यार भाई क्या नाम है सर आपका जी सर मेरा नाम दीपक तनेजा ओके क्या पढ़ाते हो सर आप कौन से फील्ड आई एम फ्रॉम मैकेनिकल डिपार्टमेंट फैकल्टी ओके जी कहाँ से सर आप मैं पंजाब तो जी राजपुरा तो राजपुरा तो हां थोड़ा बहुत सुनाओ फिर थोनू भी गाना कोई भी पुराना मेरा शौक है सर मेनू हां सुनाओ सर सुनाओ सुनो भाई सर का गाना इन कॉलेजों से दूर वाह इन किताबों से दूर क्या बात है प्रोफेसर साहब इन कॉलेजों से दूर इन किताबों से दूर आजा आजा चले कहीं दूर कहीं दूर कहीं दूर इन कॉलेजों से दूर इन किताबों से दूर आजा आजा चले कहीं दूर कहीं दूर कहीं दूर बस में उतरते चढ़ते गाते हैं फिल्मी गाने लड़की के हैं दीवाने गोरे गोरे ये गाल काले काले ये बाल उनकी रेशम से चाल ये सब ख्याल ये सब ख्याल ये सब ख्याल इन कॉलेजों से दूर इन किताबों से दूर आजा आजा चले संगम और सुर सिंगापुर पाउडर है जादू वाला जिनका हो रूप काला बंती माला या बंती मधुबाला ये है शम्मी कपूर ये है राज कपूर क्या बात है क्या हजूर तेरा ये गाना है हजूर थैंक यू हजूर अच्छा और गाना है लास्ट पैराग्राफ मेरे एजुकेटेड अनएम्प्लॉयड यूज के लिए अच्छा प्रोफेसर साहब के विचार इतने अच्छे कैसे पढ़ेंगे ये बच्चे यार कैसे पढ़ेंगे हाँ जी डिग्री मिली भी तो क्या लेकर भी क्या करेंगे बांधे इसे गले में फिरते हैं मारे मारे माना सर्विस मिली पे है 90 रुपी D30 रुपी पॉकेट फी MPT इन कॉलेजों से दूर इन किताबों से दूर आजा आजा चलें संगरूर संगरूर थैंक यू सत श्री अकाल सर सत श्री अकाल जी सर बहुत इंजॉय किया जी बच्चों के नाल और बच्चे काफ़ी टैलेंटेड से बहुत वधिया लग्या और टीचर्स ने भी डांस किया तो तुसी सर कदों शुरू किया जी कॉलेज कदों जुड़े जी ये कॉलेज सन 2001 से स्टार्ट किया हुआ है और यहाँ पर हमारे पास लगभग 5000 स्टूडेंट्स पढ़ रहे हैं मेडिकल इंजीनियरिंग BDS MDS लॉ कॉलेज नर्सिंग कॉलेज डिप्लोमा कॉलेज ऑल कॉलेज और जो हमारे पास स्टूडेंट्स हैं पूरे इंडिया के हर स्टेट से हिमाचल से JNK से पंजाब हरियाणा बिहार नेपाल भूटान सब जगह से आपने देखा ही होगा उत्तर प्रदेश हाँ उत्तर प्रदेश है सर एक बच्चा पढ़ा जे कोई बच्चा पढ़ावे ना कोई टीचर एक बच्चे किसी को पढ़ावे तो बहुत पुण मिलता है ना तुम तो काफ़ी बच्चों को पढ़ा रहे हो जी स्ट्रेंथ मैं देखी बहुत ज़्यादा पर एक ख्याल कदों आया भी असी एजुकेशन लाइन के जाना या कोई पहला सेगा तुहाडे फादर साहब या कोई होर किसी का ध्यान सेगा इस पास पहले हमारी इंडस्ट्रीज हैं फूड प्रोडक्ट्स हम बनाते हैं सिंस 1980 से और 2000 में ध्यान आया कि एजुकेशन में भी आगे बढ़ना चाहिए फिर 2001 में हमने कैंपस स्टार्ट किया थैंक यू सो मच मैं वैसे तुम तरक्की बहुत कर रहे हो बच्चे भी पढ़ रहे हैं मेरी दिलों अरदास है मैं चाहती सारी टीम की तुम दिन दुगनी रात चौगनी तरक्की करो थैंक यू सो मच जी बहुत वधिया लग्या स्वामी देवदयाल ग्रुप की तरफ से MH1 की पूरी टीम और स्पेशली आपका बहुत धन्यवाद देता हूँ जो कि
कॉलेज से रिलेटेड, स्टूडेंट से रिलेटेड इस तरह का प्रोग्राम हर बुधवार को MH1 पे दिखाया जाता है और MH1 के माध्यम से सभी यंगस्टर्स को, सभी स्टूडेंट्स को मैं ये संदेश देना चाहता हूँ कि पढ़ाई के साथ साथ एक्स्ट्रा करिकुलम एक्टिविटीज़ में भी, स्पोर्ट्स में भी आगे बढ़ें, नशे से दूर रहें और पढ़ाई के साथ बढ़कर अपने परिवार का, देश का और अपने पेरेंट्स का नाम रोशन करें। धन्यवाद। थैंक यू सो मच सर। थैंक यू सो मच। बहुत बढ़िया लगे फैकल्टी मैंबर से गलबात करके। सोनिक हरियाणवी डांस बाकी है, वो थोड़ा सा एक बच्चे का दिखाना है। आओ जी आओ हरियाणवी डांस वाले। क्या नाम है जी आपका? सिमरन खाद्यान्न। हैं जी? सिमरन खाद्यान्न। कहाँ से? पानीपत। पानीपत से। ओके ओके, हरियाणवी डांस करोगे जी? क्या बात है। ਕੀਤਾ ਅੱਜ ਐਪੀਸੋਡ ਦੇ ਵਿੱਚ। ਅਗਲੇ ਹਫ਼ਤੇ ਇੱਕ ਹੋਰ ਕਾਲਜ ਵਿੱਚ ਮਿਲਾਂਗੇ। ਕੀਪ ਵਾਚਿੰਗ ਕੰਟੀਨਿਊ ਮੰਡੀਰ ਸ਼ੋਅ ਨੂੰ ਪਿਆਰ ਕਰਦੇ ਰਹੋ। ਰਵਨੀਤ ਵੱਲੋਂ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ। MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਬਟਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸ਼ੋਅਜ਼ ਦੀਆਂ ਜਿਹੜੀਆਂ ਅਗਲੀਆਂ ਨੋਟੀਫਿਕੇਸ਼ਨਸ ਹੈਗੀਆਂ ਉਹ ਮਿਲ ਸਕਣ। ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ।